ਬਾਬਾ ਵੀਰ ਸਿੰਘ ਜੀ ਹੋਏ ਨੇ ਔਰੰਗਾਬਾਦ ਵਾਲੇ। ਬੜੀ ਤਕੜੀ ਕਮਾਈ ਸੀ, ਬੜੀ ਤਕੜੀ ਕਮਾਈ। ਫੌਜ ਦੇ ਵਿੱਚ ਸਨ ਤੇ ਉਦੋਂ ਲਗਨ ਪੂਰੀ ਲੱਗ ਚੁੱਕੀ ਸੀ। ਬਚਪਨ ਤੋਂ ਹੀ ਇਹ ਵੈਰਾਗਮੀ ਅਵਸਥਾ 'ਚ ਸਨ। ਇਕੱਲੇ ਬਹਿਣਾ, ਭਜਨ ਕਰਨਾ। ਇਹਨਾਂ ਦੇ ਪਿਤਾ ਜੀ ਵੀ ਪਲਟਨ 'ਚ ਸਨ ਤੇ ਖਾਨਦਾਨੀ ਪਰੰਪਰਾ ਕਰਕੇ ਇਹਨਾਂ ਨੂੰ ਵੀ ਪਲਟਨ 'ਚ ਜਾਣਾ ਪਿਆ। ਉਦੋਂ ਇੱਕ ਮਾਣ ਵੀ ਹੁੰਦਾ ਸੀ ਪਲਟਨ 'ਚ ਜਾਣਾ। ਤੇ ਇਹਨਾਂ ਦੇ ਇਤਿਹਾਸ 'ਚੋਂ ਇੱਕ ਜ਼ਿਕਰ ਮਿਲਦਾ ਸਤਸੰਗ, ਪਠਾਣਾ ਦੇ ਨਾਲ ਕੋਈ ਜੰਗ ਛਿੜ ਪਈ ਤੇ ਜਿਸ ਟੋਲੀ ਦੇ ਨਾਲ ਜੰਗ ਛਿੜੀ ਨਾ ਉਸ ਟੋਲੀ ਦੇ ਵਿੱਚ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ ਸਨ। ਬੜਾ ਘਮਾਸਾਨ ਯੁੱਧ ਹੋਇਆ ਜੀ, ਬੜਾ ਘਮਾਸਾਨ। ਪਠਾਣਾ ਨੇ ਇਹਨਾਂ ਨੂੰ ਘੇਰ ਲਿਆ, ਇਕੱਲੇ ਪਠਾਣਾ ਨੇ ਘੇਰ ਲਿਆ। ਜ਼ਬਰਦਸਤ ਜੰਗ ਚੱਲ ਰਹੀ ਹੈ। ਕੁਦਰਤ ਦੀ ਨੇਤ ਜੰਗ ਕਰਦਿਆਂ ਕਰਦਿਆਂ ਜਿਹੜਾ ਖੰਡਾ ਇਹਨਾਂ ਦੇ ਹੱਥ 'ਚ ਸੀ ਉਹ ਖੰਡਾ ਟੁੱਟ ਗਿਆ, ਖੰਡਾ ਟੁੱਟ ਗਿਆ। ਹੁਣ ਸ਼ਸਤਰਹੀਣੇ ਹੋ ਗਏ, ਸ਼ਸਤਰ ਹੈ ਨਹੀਂ ਹੁਣ। ਉਦੋਂ ਆਹ ਵੇਲੇ ਹੁੰਦੇ ਨੇ ਸਤਸੰਗ ਜਿੱਥੇ ਬੰਦਾ ਆਪਣੇ 'ਤੇ ਮਾਣ ਕਰਕੇ ਕਈ ਵਾਰੀ ਤੁਰ ਪੈਂਦਾ, ਆਪਣੀ ਸਿਆਣਪ 'ਤੇ ਮਾਣ ਕਰਕੇ ਤੁਰ। ਬੜੇ ਐਸੇ ਤੁਹਾਡੇ ਜ਼ਿੰਦਗੀ ਦੇ ਵਿੱਚ ਸਮੇਂ ਆਉਂਦੇ ਨੇ ਜਿੱਥੇ ਬੰਦਾ ਪਹਿਲੇ ਸੰਘਰਸ਼ ਕਰਦਾ ਹੈ, ਮੈਂ ਆਹ ਕਰ ਲਾਂ ਆਹ ਕਰ, ਜਦੋਂ ਸਾਰੇ ਪਾਸੋਂ ਹਾਰ ਜਾਂਦਾ ਨਾ ਫਿਰ ਸਰੈਂਡਰ ਕਰਦਾ, ਆਪੋ ਸਤਨਾਮ ਫਿਰ ਸਰੈਂਡਰ ਕਰਦਾ। ਤੂੰ ਪਹਿਲੇ ਹੀ ਸਰੈਂਡਰ ਕਰ ਦੇ, ਤੂੰ ਪਹਿਲੇ ਹੀ ਝੁੱਕ ਜਾ। ਜੇ ਪਹਿਲੇ ਝੁੱਕ ਜਾਏਗਾ ਉਹ ਉਦੋਂ ਤੇਰੇ ਲਈ ਖੜਾ ਹੋ ਜਾਏਗਾ, ਆਪੋ ਸਤਨਾਮ। ਕਈ ਵਾਰੀ ਦਾਸ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਸਿੱਖਾਂ ਤੂੰ ਗੁਰੂ ਅੱਗੇ ਝੁੱਕ, ਧਿਆਨ ਦੇਣਾ, ਗੁਰੂ ਅੱਗੇ ਝੁੱਕ। ਮਨ ਕਰਕੇ ਝੁੱਕੀ, ਤਨ ਕਰਕੇ ਤਾਂ ਸਾਰੀ ਦੁਨੀਆ ਝੁੱਕਦੀ ਸੀ, ਮਨ ਕਰਕੇ ਝੁੱਕੀ। ਜਿਸ ਦਿਨ ਸਿੱਖਾਂ, ਜਿਸ ਦਿਨ ਤੂੰ ਮਨ ਕਰਕੇ ਝੁੱਕਿਆ ਗੁਰੂ ਤੇਰੇ ਲਈ ਖੜਾ ਹੋ ਜਾਏਗਾ, ਆਖੋ ਸਤਨਾਮ ਤੇਰੇ ਲਈ। ਤੇ ਧਿਆਨ ਰੱਖਣਾ, ਜਿਸ ਦਿਨ ਤੇਰੇ ਲਈ ਗੁਰੂ ਖੜਾ ਹੋ ਗਿਆ ਤੇਰੇ ਅੱਗੇ ਕੋਈ ਨਹੀਂ ਖੜਾ ਹੋ ਸਕੇਗਾ, ਆਖੋ ਸਤਨਾਮ। ਤੂੰ ਮਨ ਕਰਕੇ ਝੁੱਕ ਗਿਆ ਗੁਰੂ ਤੇਰੇ ਲਈ ਖੜਾ ਹੋ ਜਾਏਗਾ। ਉਹ ਜਿਸ ਦਿਨ ਗੁਰੂ ਤੇਰੇ ਤੇਰੇ ਲਈ ਖੜਾ ਹੋ ਗਿਆ ਨਾ ਫਿਰ ਕੋਈ ਤੇਰੇ ਅੱਗੇ ਟਿਕ ਨਹੀਂ ਸਕੇਗਾ, ਕੋਈ ਤੇਰੇ ਅੱਗੇ ਖੜਾ ਨਹੀਂ ਹੋ ਸਕੇਗਾ, ਆਖੋ ਸਤਨਾਮ। ਆਹੀ ਗੱਲ ਹੋਈ, ਆਹੀ ਗੱਲ ਹੋਈ। ਸ਼ਸਤਰ ਟੁੱਟ ਗਿਆ ਬਾਬਾ ਵੀਰ ਸਿੰਘ ਜੀ ਦਾ, ਇੱਕਦਮ ਧਿਆਨ ਆਇਆ ਹੁਣ ਕੀ ਬਣੇ। ਪਠਾਣਾ ਨੇ ਘੇਰਿਆ, ਸਤਸੰਗਤ ਉਸੀ ਵੇਲੇ ਜੋਦੜੀ ਕੀਤੀ, ਰੱਖਿਆ ਕਰੋ ਮਾਲਕ ਰੱਖਿਆ ਕਰੋ, ਆ ਜਿੰਦ ਤੇਰੀ ਹੈ, ਆ ਸਰੀਰ ਤੇਰਾ, ਰੱਖਿਆ ਕਰੋ, ਰੱਖਿਆ ਕਰੋ ਮਾਲਕ। ਸਤਸੰਗਤ ਕਮਾਲ ਹੋ ਗਈ, ਮੈਂ ਪੜ੍ਹ ਕੇ ਹੈਰਾਨ ਹੋ ਗਿਆ, ਬਚ ਕੇ ਬਾਹਰ ਆ ਗਏ। ਹੁਣ ਬੜੇ ਧਿਆਨ ਨਾਲ ਸੁਣਿਓ, ਬਚ ਕੇ ਬਾਹਰ ਆ ਗਏ। ਸਿੰਘ ਹੈਰਾਨ, ਸਿੰਘ ਸਾਰੇ ਹੈਰਾਨ, ਕਹਿੰਦੇ ਵੀਰ ਸਿੰਘ ਜੀ ਤੁਸੀਂ ਤਾਂ ਐਡੇ ਤਗੜੇ ਤਰੀਕੇ ਨਾਲ ਫਸੇ ਸੀਗੇ, ਤੁਸੀਂ ਨਿਕਲ ਕਿਵੇਂ ਆਏ, ਤੁਸੀਂ ਨਿਕਲ ਕਿਵੇਂ ਆਏ। ਉਹ ਕਹਿੰਦੇ ਮੈਨੂੰ ਨਹੀਂ ਪਤਾ ਲੱਗਾ, ਮੈਂ ਇੱਕ ਅਰਦਾਸ ਕੀਤੀ, ਮੇਰੇ ਸਾਈਆਂ ਰੱਖਿਆ ਕਰ, ਰੱਖਿਆ ਕਰੋ ਗੋਸਾਈ ਮੇਰੇ, ਮੈਂ ਨਾਮ ਤੇਰਾ, ਮੈਂ ਤੇਰੇ ਨਾਮ ਦੇ ਸਦਕਾ ਤੁਹਾਡੇ ਚਰਨਾਂ 'ਚ ਬੇਨਤੀ ਲਾ ਰਿਹਾ, ਮੇਰੀ ਰੱਖਿਆ ਕਰ।
ਕਹਿੰਦੇ ਬਾਬਾ ਵੀਰ ਸਿੰਘ ਸਿੰਘਾਂ ਨੂੰ ਕਿਹਾ, ਕਹਿੰਦੇ ਮੈਨੂੰ ਇਹ ਲੱਗਦਾ, ਮੈਨੂੰ ਅਨੁਭਵ ਹੋ ਰਿਹਾ ਸੀ, ਮੈਨੂੰ ਨਜ਼ਰ ਆ ਰਿਹਾ ਸੀ ਕਿ ਮੈਂ ਤਾਂ ਪਠਾਣਾ ਨੂੰ ਵੇਖ ਰਿਹਾ ਪਰ ਪਠਾਣ ਮੈਨੂੰ ਨਹੀਂ ਵੇਖ ਰਿਹਾ। ਕੋ ਸਤਨਾਮ, ਮੈਂ ਪਠਾਣਾ ਨੂੰ ਵੇਖ ਰਿਹਾ ਪਰ ਪਠਾਣ ਮੈਨੂੰ ਨਹੀਂ ਵੇਖ ਰਿਹਾ। ਕਹਿੰਦੇ ਮੈਂ ਇੱਦਾਂ ਬਾਹਰ ਨਿਕਲ ਆਇਆ ਜਿਵੇਂ ਮੱਖਣ 'ਚੋਂ ਵਾਲ ਨਿਕਲਦਾ। ਕੋ ਸਤਨਾਮ, ਬਸ ਆਹ ਇੱਕ ਸੀਨ ਹੋਇਆ ਉਹਨਾਂ ਦੇ ਨਾਲ। ਰੱਖਿਆ ਦੀ ਬੇਨਤੀ ਕੀਤੀ, ਆ ਗਏ ਪਲਟਨ ਦੇ ਵਿੱਚ ਵਾਪਸ। ਹੁਣ ਬੈਠੇ ਨੇ, ਮਨ ਨਹੀਂ ਟਿਕਦਾ, ਡਿਊਟੀ 'ਤੇ ਨੇ, ਮਨ ਨਹੀਂ ਟਿਕਦਾ, ਕੋਈ ਕੰਮ ਕਰ ਰਹੇ ਨੇ, ਮਨ ਨਹੀਂ ਟਿਕ ਰਿਹਾ। ਹੁਣ ਹਰ ਵੇਲੇ ਅੰਦਰ ਇੱਕ ਸਵਾਲ ਚੱਲ ਰਿਹਾ, ਉਹ ਜਿਸ ਗੁਰੂ ਨੇ, ਜਿਸ ਪਰਮੇਸ਼ਰ ਨੇ ਤੇਰੀ ਰਾਖੀ ਕੀਤੀ, ਹੁਣ ਜਿੰਦ ਉਹਦੇ ਲੇਖੇ ਲਾ। ਕੋ ਸਤਨਾਮ, ਹੁਣ ਜਿੰਦ ਉਹਦੇ ਲੇਖੇ ਲਾ, ਹੁਣ ਆ ਜਨਮ ਉਹਦੇ ਲੇਖੇ ਲਾ, ਹੁਣ ਆ ਨੌਕਰੀ ਝੂਠੀ ਕਰਕੇ ਇਹ ਜਿੰਦ, ਇਹ ਸਰੀਰ ਇਹਨਾਂ ਲੇਖੇ ਨਹੀਂ, ਹੁਣ ਜਿੰਦ ਗੁਰੂ ਲੇਖੇ। ਸੰਗਤ ਜੀ ਇੱਥੇ ਬਸ ਮੈਂ ਖੜਾਉਣਾ ਚਾਹੁੰਦਾ, ਇੱਥੇ ਧਿਆਨ ਰੱਖਿਓ। ਜਦੋਂ ਕਿਸੇ ਮੁਸੀਬਤ ਤੋਂ ਨਿਰੰਕਾਰ ਸਾਨੂੰ ਕੱਢਦੇ, ਜਦੋਂ ਕਿਸੇ ਔਖੇ ਸਮੇਂ ਤੋਂ ਪਾਤਸ਼ਾਹ ਸਾਡੀ ਰੱਖਿਆ ਕਰਦੇ ਨੇ, ਅਸੀਂ ਕਈ ਵਾਰੀ ਇਹ ਗੱਲ ਕਹਿੰਦੇ ਹਾਂ, ਪਾਤਸ਼ਾਹ ਕਿਰਪਾ ਕਰ, ਆਹ ਰੱਖ ਲੈ ਮੈਨੂੰ ਇੰਨੇ ਪਾੜ ਜਪਜੀ ਸਾਹਿਬ ਦੇ, ਇੰਨੀ ਮੈਂ ਬਾਣੀ ਪੜਾਂਗਾ, ਇੰਨਾ ਕਰਾਂ। ਪਰ ਹੁੰਦਾ ਕੀ ਹੈ, ਜਦੋਂ ਰੱਖ ਲਿਆ ਜਾਂਦਾ, ਸਤਿਗੁਰ ਰੱਖ ਲੈਂਦੇ ਨੇ, ਕੁਝ ਦਿਨ ਹੀ ਉਹ ਬਾਣੀ ਦਾ ਸਹਾਰਾ ਲਿਆ ਜਾਂਦਾ, ਕੁਝ ਦਿਨ ਹੀ। ਉਹ ਕਦੇ ਕਿਸੇ ਦੇ ਮਨ 'ਚ ਆਇਆ, ਜਿਸ ਸ਼ੈ ਨੇ, ਜਿਸ ਸ਼ਕਤੀ ਨੇ, ਮੇਰੇ ਸਤਿਗੁਰ ਨੇ, ਜਿਸ ਮੇਰੇ ਸਤਿਗੁਰ ਜੀ ਨੇ ਮੇਰੀ ਐਡੀ ਵੱਡੀ ਰੱਖਿਆ ਕੀਤੀ, ਐਡੀ ਵੱਡੀ ਮੁਸੀਬਤ ਤੋਂ ਐਡੀ ਵੱਡੀ ਰੱਖਿਆ ਕੀਤੀ, ਅੱਜ ਤੋਂ ਬਾਅਦ ਇਹ ਜਿੰਦ, ਇਹ ਸਰੀਰ, ਇਹ ਜਨਮ ਗੁਰੂ ਦੇ ਲੇਖੇ ਆ। ਕੋ ਸਤਨਾਮ, ਰੱਖਣ ਦੀ ਬੇਨਤੀ ਤਾਂ ਆਪਾਂ ਲਾਉਂਦੇ ਹਾਂ, ਪਰ ਜਦੋਂ ਰੱਖੀ ਜਾਂਦੀ ਹੈ ਪੈਜ, ਫਿਰ ਭੁੱਲ ਜਾਂਦੇ ਹਾਂ, ਫਿਰ ਜਿਹਦੇ ਅੱਗੇ ਬੇਨਤੀਆਂ ਲਾਈਆਂ ਹੁੰਦੀਆਂ ਭੁੱਲ ਜਾਂਦੇ ਹਾਂ, ਉਹਨੂੰ ਭੁੱਲ ਜਾਂਦੇ। ਸੱਚ ਹੈ, ਬਾਬਾ ਵੀਰ ਸਿੰਘ ਜੀ ਹੁਣ ਪਲਟਨ 'ਚ ਆ ਗਏ ਵਾਪਸ, ਮਨ ਨਾ ਟਿਕੇ, ਮਨ ਨਾ ਟਿਕੇ। ਹੁਣ ਮਨ ਇਹ ਗਵਾਹੀ ਦੇ ਰਿਹਾ ਕਿ ਨਹੀਂ, ਜਿਹਨੇ ਰਾਖੀ ਕੀਤੀ ਮੇਰੀ, ਹੁਣ ਜਿੰਦ ਉਹਦੇ ਲੇਖੇ ਹੈ, ਇਹ ਜੀਵਨ ਉਹਦੇ ਲੇਖੇ ਹੈ, ਇਹ ਜਨਮ ਤੁਹਾਰੇ। ਆਪਣੇ ਅਫਸਰਾਂ ਨੂੰ ਕਿਹਾ, ਕਹਿੰਦੇ ਜੀ ਮੈਂ ਨੌਕਰੀ ਨਹੀਂ ਕਰਨੀ, ਮੇਰਾ ਅਸਤੀਫਾ ਕਬੂਲ ਕਰੋ। ਧਿਆਨ ਨਾਲ ਸੁਣਿਓ, ਅਫਸਰ ਹੈਰਾਨ, ਸੀਓ ਹੈਰਾਨ, ਕਿਉਂਕਿ ਬੜੇ ਕਾਬਲ, ਬੜੇ ਬਹਾਦਰ, ਬੜੇ ਸੂਝਵਾਨ ਸਨ, ਬੜੀ ਟੈਕਨੀਕ ਬਾਬਾ ਵੀਰ ਸਿੰਘ ਜੀ ਨੂੰ ਸੀ, ਲੜਨ ਦੀ ਵੀ ਹਰ ਚੀਜ਼ ਦੀ ਜੁਗਤੀ ਸੀ। ਉਹ ਕਹਿੰਦੇ ਮਿਸਟਰ ਸਿੰਘ ਤੈਨੂੰ ਕੀ ਹੋਇਆ? ਨਹੀਂ, ਮੈਂ ਮੌਤ ਦੇ ਮੂੰਹ ਤੋਂ ਨਿਕਲਿਆ ਅਤੇ ਜਿਹਨੇ ਮੈਨੂੰ ਕੱਢਿਆ, ਜਿਹਦੇ ਅੱਗੇ ਮੇਰੀ ਫਰਿਆਦ ਸੀ, ਉਹਨੇ ਜੇ ਮੇਰੀ ਰੱਖ ਕੀਤੀ ਹੈ, ਅੱਜ ਤੋਂ ਬਾਅਦ ਹੁਣ ਇਹ ਜੀਵਨ ਉਹਦੇ ਲਈ। ਬੜੇ ਤਗੜੇ ਅਹੁਦੇ ਦੇ ਸਤਸੰਗਤ ਲਾਲਚ ਦਿੱਤੇ ਗਏ, ਤਨਖਾਹ ਵਧਾਉਣ ਦੇ ਲਾਲਚ ਦਿੱਤੇ ਗਏ, ਬੜਾ ਕੁਝ ਉਹਨਾਂ ਨੂੰ ਲਾਲਚ ਦਿੱਤਾ ਗਿਆ। ਪਰ ਇੱਕ ਵਾਰੀ ਗੁਰਮੁਖ ਪਿਆਰਾ ਸੋਚ ਲਵੇ, ਹੁਣ ਇਹ ਜਿੰਦ ਤੇਰੇ ਲੇਖੇ, ਤੇ ਹੁਣ ਸਤਸੰਗਤ ਉਹ ਗੁਰਮੁਖ ਨਹੀਂ ਹਿਲਦਾ। ਕੋ ਸਤਨਾਮ, ਰੋਕ ਲੈਂਦਾ ਲਾਲਚ ਸਾਨੂੰ, ਉਹਦਾ ਰੋਕ ਲੈਂਦਾ, ਗੁਰੂ ਦੇ ਰਾਹ ਤੋਂ ਰੋਕ ਲੈਂਦਾ। ਉਹ ਕਹਿੰਦੇ ਮੈਨੂੰ ਨਾ ਰੋਕੋ, ਹੁਣ
ਨਾ ਤੁਹਾਡੇ ਇਹ ਅਹੁਦੇ, ਨਾ ਇਹ ਤੁਹਾਡੀ ਮਾਇਆ, ਨਾ ਕੋਈ ਹੋਰ ਚੀਜ਼ ਮੈਨੂੰ ਰੋਕ ਸਕੇਗੀ। ਬਸ ਇੰਨਾ ਮਨ ਤੇ ਲੱਗਿਆ, ਇੰਨਾ ਮਨ ਤੇ ਲੱਗਿਆ, ਕਹਿੰਦੇ ਹੁਣ ਮੈਂ ਨਾਮ ਤੇਰਾ ਆਧਾਰ। ਉੱਥੋਂ ਸਿੱਧਾ ਚਲੇ ਗਏ ਸਤਸੰਗ, ਸਿੱਧਾ ਬਾਬਾ ਭਾਗ ਸਿੰਘ ਜੀ ਕੁਰੀ ਵਾਲਿਆਂ ਕੋਲ, ਉਹਨਾਂ ਦੇ ਮੁਰਸ਼ਦ ਸਨ ਬਾਬਾ ਭਾਗ ਸਿੰਘ ਜੀ ਕੁਰੀ। ਉੱਥੇ ਫਿਰ ਜਾ ਕੇ ਸਤਸੰਗ ਸਾਧਨਾ ਕੀਤੀ, ਘਾਟਣਾ ਘਾਲੀ। ਬਸ ਮਨ ਦੇ ਵਿੱਚ ਇਹੀ ਸੀ ਕਿ ਜਿਹਨੇ ਮੇਰੀ ਰੱਖਿਆ ਕੀਤੀ, ਅੱਜ ਤੋਂ ਬਾਅਦ ਜਿੰਦ ਉਹਦੇ ਲੇਖੇ, ਜਿੰਦ ਉਹਦੇ ਲੇਖੇ।